ਸਤਿ ਸ਼੍ਰੀ ਅਕਾਲ। ਮੇਰਾ ਨਾਮ ਅੰਗਰੇਜ਼ ਸਿੰਘ, ਪਿੰਡ ਮੀਆਂ, ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ। ਬਈ, ਮੈਕੋ ਵਾਲਿਆਂ ਦਾ ਬਾਜੀਗਿਰ ਵਰਾਇਟੀ ਲਾਈ ਸੀਗੀ, ਅੱਜ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਲੰਮੀਆਂ ਲਾਗਰਾਂ, ਇੱਕ ਲੜੀ 'ਤੇ 11 ਤੋਂ 12 ਟਿੰਡੇ ਆ, ਜਿਹੜੀ ਸਭ ਤੋਂ ਹਾਈ ਕੁਆਲਿਟੀ ਲੱਗਦੀ ਹੈ ਮੈਨੂੰ, 7-8 ਤੋਂ ਵੱਧ ਨਹੀਂ ਹੁੰਦੇ। ਜੇ ਆਪਾਂ ਸਾਰਾ ਨਰਮਾ ਹੋਰ ਵੀ ਦਿਖਾਈਏ, ਕਿਤੇ ਵੀ ਕੋਈ ਕਮੀ ਨਹੀਂ ਹੈ। ਦੇਖੋ, ਸਾਰਾ ਤੁਰ ਫਿਰ ਕੇ ਆਪਾਂ ਜੇ ਦੇਖੀਏ, ਕਿਤੇ ਕੋਈ ਕਮੀ ਨਹੀਂ। ਸਭ ਤੋਂ ਬਹੁਤ ਵਧੀਆ ਵਰਾਇਟੀ ਹੈ ਜੋ ਟਿੰਡਿਆਂ ਨਾਲ ਲੱਥ ਪੱਥ ਹੈ। ਅਤੇ ਇੱਕ ਇਹਦੇ ਵਿੱਚ ਜਿਹੜੀ ਖਾਸੀਅਤ ਹੈ ਬਾਈ, ਇਹਨੂੰ ਹਜੇ ਤੱਕ ਨਰਮੇ ਨੂੰ ਪਾਣੀ ਨਹੀਂ ਲੱਗਿਆ। ਵੈਸੇ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਇਹ ਨਰਮੇ ਨੂੰ ਪਾਣੀ ਲਾਇਆ ਹੋਊਗਾ, ਇਸ ਨਰਮੇ ਨੂੰ ਪਾਣੀ ਨਹੀਂ ਲੱਗਿਆ। ਮੀਂਹ 1-2 ਜ਼ਰੂਰ ਪਏ ਨੇ, ਮੀਂਹਾਂ 'ਤੇ ਡਿਪੈਂਡ ਹੈ। ਇਹਦੀ ਜੋ ਕੰਪੋਸਟੀ ਹੈ ਨਾ, ਇਹ ਬਹੁਤ ਤਕੜੀ ਹੈਗੀ। ਇਹ ਪਾਣੀ ਤੋਂ ਬਗੈਰ ਵੀ ਬਹੁਤ ਘੱਟ ਪਾਣੀ ਲੈ ਕੇ, ਜਿਹੜਾ 'ਚ ਪਾਣੀ ਬਚਾਓ ਦੀ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਵੀ ਇਹ ਸ਼ਾਮਿਲ ਹੁੰਦਾ। ਬਹੁਤ ਘੱਟ ਪਾਣੀ ਲੈ ਕੇ ਪਲਦਾ ਇਹ, ਬਗੈਰ ਪਾਣੀ ਤੋਂ ਹੈ। ਅਤੇ ਬਹੁਤ ਬਹੁਤ ਵਧੀਆ ਬਾਈ, ਜਿੰਨਾ ਵੀ ਕਹਿ ਦਈਏ ਆਪਾਂ, ਜਿੱਥੋਂ ਵੀ ਦੇਖ ਲਈਏ ਦੇਖੋ, ਟਿੰਡਿਆਂ ਨਾਲ ਲੱਥ ਪੱਥ ਹੈ ਬਾਈ। ਇਹਦੀ ਹਾਈਟ ਵੀ ਬਹੁਤ ਹੈ, ਤਕਰੀਬਨ 6 ਫੁੱਟ ਕੱਦ ਹੈ ਮੇਰਾ, 7 ਫੁੱਟ ਤੋਂ ਉੱਪਰ ਜਾ ਰਿਹਾ ਇਹ। ਬਹੁਤ ਜਿੱਥੋਂ ਵੀ ਦੇਖ ਲਏ ਟਿੰਡਿਆਂ ਨਾਲ ਭਰਿਆ ਹੋਇਆ। ਇਹਦੀਆਂ ਜਿਹੜੀਆਂ ਲੜੀਆਂ ਉਹ ਬਹੁਤ ਲੰਮੀਆਂ। ਜਿਹੜੀ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਮੈਂ ਤੁਹਾਨੂੰ ਦਿਖਾਉਣਾ ਬਾਈ, ਇਹ ਥੱਲੇ ਤੋਂ ਲੈ ਕੇ ਦੂਜੇ ਨਰਮਿਆਂ ਦੇ ਛੱਟੀ ਫਾਲਤੂ ਹੁੰਦੀ ਹੈ, ਇਹਦੇ ਛੱਟੀ ਫਾਲਤੂ ਨੂੰ ਹੈ ਸਿਰਫ 4 ਉਂਗਲਾਂ ਥਾਂ ਹੀ ਹੈ। ਇੱਥੋਂ ਲੈ ਕੇ ਦੇਖੋ ਇਹਨੇ ਲਾਗਰਾਂ, ਟਿੰਡੇ ਦਾ ਫੁੱਟ ਕਿੱਡਾ ਸੋਹਣਾ ਹੈਗਾ, ਡਿੱਗਿਆ ਪਿਆ ਨਰਮਾ, ਟਿੰਡਿਆਂ ਨਾਲ ਭਰਿਆ ਹੈਗਾ, ਖਿੰਡਿਆ ਵੀ ਪਿਆ, ਫੁੱਲ ਵੀ ਹੈ, ਬੂਕੀ ਵੀ ਹੈ। ਬਹੁਤ ਵਧੀਆ ਮਨਪਸੰਦ ਵਰਾਇਟੀ ਹੈ ਇਹ, ਬਹੁਤ ਵਧੀਆ ਬਾਈ। ਇਹ ਬਾਜੀਗਿਰ ਮੈਕੋ ਵਾਲਿਆਂ ਦਾ ਤੁਸੀਂ ਦੇਖ ਰਹੇ ਹੋ, ਸਭ ਤੋਂ ਹਾਈ ਫਾਈ ਲੱਗਦਾ ਮੈਨੂੰ। ਪਾਣੀ ਬਹੁਤ ਘੱਟ ਲੈਂਦਾ ਹੈਗਾ, ਕੱਦ ਬਹੁਤ ਜ਼ਿਆਦਾ, ਟਿੰਡਾ ਬਹੁਤ ਮੋਟਾ, ਫੁੱਟ ਬਹੁਤ ਵਧੀਆ, ਸਾਰੀਆਂ ਪੁਜੀਸ਼ਨ ਹੈ, ਫੁੱਟ ਵੀ ਹੈ, ਟਿੰਡਾ ਵੀ ਹੈ, ਬੂਕੀ ਵੀ ਹੈ, ਫੁੱਲ ਵੀ ਹੈ। ਦੇਖੋ ਕੋਈ ਇਹਨੂੰ ਵੇਦ ਨਹੀਂ, ਬਹੁਤ ਘੱਟ ਸਪਰੇਅ ਲੈਂਦਾ ਦੂਜਿਆਂ ਨਾਲੋਂ, ਘੱਟ ਸਪਰੇਅ ਰਹਿੰਦਾ। ਜੇ ਆਪਾਂ ਇਹਦੀਆਂ ਲੜੀਆਂ ਦੇਖੀਏ ਤਾਂ ਦੇਖੋ 10-11 ਟਿੰਡੇ ਹਰੇਕ ਲੜੀ ਨੂੰ ਨੇ। ਇਹ ਵੱਡੀ ਇਹਦੀ ਇੱਕ ਕਮਾਲ ਹੈ ਇਹਦੇ ਵਿੱਚ, ਇੱਕ ਇਹ ਥੱਲਿਓ ਛੱਟੀ ਨਹੀਂ ਬਣਾਉਂਦਾ, ਥੱਲਿਓ ਜਦੋਂ 4 ਉਂਗਲਾਂ ਦਾ ਹੋ ਗਿਆ ਉੱਥੋਂ ਸਟਾਰਟ ਕਰ ਦਿੰਦਾ ਲੜੀਆਂ ਟਿੰਡਿਆਂ ਨਾਲ ਦੇਖੋ ਭਰੀਆਂ ਹੋਈਆਂ। ਇਹ ਬਾ ਕਮਾਲ ਹੈ, ਬਹੁਤ ਵਧੀਆ। ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਭਰਾਵੋ, ਇਹੋ ਜਿਹੀਆਂ ਵਰਾਇਟੀਆਂ ਨੂੰ ਪਹਿਲ ਦਿਓ, ਜਿਹਨੂੰ ਨਾ ਮੱਛਰ ਨਾ ਸੁੰਡੀ ਕੁਛ ਨਹੀਂ ਆਇਆ। ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨੰਬਰ ਹੈ, ਮੋਬਾਈਲ ਨੰਬਰ ਆ 84-377-31-42। ਭਾਈ ਸਾਰੀ ਵੀਡੀਓ ਦੂਰ ਤੋਂ ਹੀ ਦਿਖਾ ਦੇ, ਦੇਖ ਬਹੁਤ ਵਧੀਆ ਹਾਈ ਕੁਆਲਿਟੀ ਦਾ ਬੀਜ ਹੈ ਬਾਈ ਮੈਕੋ ਵਾਲਿਆਂ ਦਾ, ਬਹੁਤ ਵਧੀਆ। ਧੰਨਵਾਦ ਇਹਨਾਂ ਮੁੰਡਿਆਂ ਦਾ ਜਿਹੜਿਆਂ ਨੇ ਆ ਕੇ ਮੈਨੂੰ ਇਹ ਬੀਜ ਦਿੱਤਾ, ਬਜਾਇਆ, ਮੈਂ ਇਹਨਾਂ 'ਤੇ ਭਰੋਸਾ ਕੀਤਾ ਤਾਂ ਮੇਰਾ ਭਰੋਸਾ ਅੱਜ ਕਾਇਮ ਹੈ। ਅਤੇ ਦੇਖੋ ਆਹ, ਦੇਖੋ ਆਹ ਦਿਖਾਓ ਜੀ, ਦੇਖੋ ਆਹ, ਦੇਖੋ ਬਾ ਕਮਾਲ ਹੈ। ਇਹੋ ਜਿਹੀਆਂ ਲਾਗਰਾਂ ਯਾਰ ਦੇਖੋ, ਕਮਾਲ ਹੈ। ਦੇਖੋ ਵੱਡੀ ਗੱਲ ਹੈ, ਇੱਥੋਂ ਲਾਗਰ ਸ਼ੁਰੂ ਹੋਈ ਹੈ, ਇੱਥੋਂ ਲੈ ਕੇ ਜੇ ਆਪਾਂ ਦੇਖੀਏ 1.5 ਹੱਥ ਦੀ ਹੋ ਗਈ, 11 ਤੋਂ 12 ਟਿੰਡੇ ਇੱਕ ਲੜੀ ਨੂੰ, ਥੱਲਿਓਂ ਲੜੀਆਂ ਸਟਾਰਟ ਹੈ। ਆਹ ਦੇਖ ਲਓ, ਕਿਸੇ ਵੀ ਗੁੱਜੇ ਨੂੰ ਆਪਾਂ ਦੇਖ ਸਕਦੇ ਹਾਂ, ਕਿਤੇ ਵੀ ਦੇਖ ਲਈਏ। ਅਤੇ ਆਹ ਗਾਹਾਂ ਆਪਾਂ ਹੋਰ ਦਿਖਾ ਦਿੰਦੇ ਹਾਂ, ਕੋਈ ਸਬੂਝਾ ਨਹੀਂ। ਦੇਖੋ ਬੂਝੇ ਡਿੱਗੇ ਪਏ ਨੇ, ਲੱਥ ਪੱਥ ਹੈ। ਦੇਖੋ ਕਿੱਡੀਆਂ ਕਿੱਡੀਆਂ ਲਾਗਰਾਂ, ਪੁਰਪੁਰ ਦੀਆਂ ਲਾਗਰਾਂ ਨੇ। ਆਹ ਲਾਗਰਾਂ ਦੇਖ ਲਓ, ਇੱਧਰ ਦੇਖ ਲਓ ਕਿੱਡੀਆਂ ਕਿੱਡੀਆਂ ਲਾਗਰਾਂ ਨੇ। ਬਹੁਤ ਵਧੀਆ, ਜ਼ਿਮੀਂਦਾਰਾਂ ਦੇ ਹੱਕ ਦਾ, ਜ਼ਿਮੀਂਦਾਰ ਦਾ ਵੱਡਾ ਪੁੱਤ ਹੈ ਇਹ, ਬਹੁਤ ਵਧੀਆ ਫਾਇਦੇਮੰਦ ਹੈ। ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।